ਜਾਂਦੇ ਨੇ। ਇਸ ਗੱਲ ਦਾ ਹੀ ਜਵਾਬ ਦੇ ਰਹੇ ਤਾਂ ਸੰਭਾਸ਼ਾ ਸਵਾਲ ਦਾ, ਵੀ ਜੇ ਤੂੰ ਪਰਮੇਸ਼ਰ ਹੈਗਾ ਸਰਬ ਸ਼ਕਤੀਮਾਨ ਹੈ, ਤੇਰੇ ਭਾਣੇ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ, ਫਿਰ ਰਾਕਸ਼ਸ ਵੱਡੇ ਵੱਡੇ ਕਿਉਂ ਪੈਦਾ ਕਰਦਾ? ਫਿਰ ਤੈਨੂੰ ਆਉਣਾ ਪੈਂਦਾ ਇਹਨਾਂ ਨੂੰ ਮਾਰਨ ਵਾਸਤੇ। ਉਹ ਕਹਿੰਦਾ ਦੇਵਤਿਆਂ ਦਾ ਹੰਕਾਰ ਤੋੜਨ ਵਾਸਤੇ ਮੈਂ ਪੈਦਾ ਕਰਦਾ। ਇਹਨਾਂ ਲੋਕਾਂ ਨੂੰ ਸਮਝਾਓ, ਤੁਸੀਂ ਆਪਣਾ ਧਰਮ ਮਨਾਓ। ਜਦੋਂ ਧਰਮ ਨੂੰ ਮੰਨਣ ਵਾਲਿਆਂ ਦੀ ਤਾਦਾਦ ਵੱਧ ਜਾਂਦੀ ਹੈ ਬਹੁਤ ਜ਼ਿਆਦਾ, ਇਹ ਲੁਕਣ ਲੱਗ ਜਾਂਦੇ ਨੇ ਭੋਰਿਆਂ 'ਚ, ਡਰਦੇ ਵੀ ਸਾਨੂੰ ਸਵਾਲ ਲੋਕ ਕਰਨਗੇ, ਸਾਡੇ ਕੋਲ ਜਵਾਬ ਨਹੀਂ। ਉਦੋਂ ਅੰਦਰੋਂ ਇਹ ਕੰਬੇ ਹੋਏ ਹੁੰਦੇ ਨੇ ਸਾਰੇ ਧਰਮ ਲੋਕ, ਵੀ ਇਹ ਧਰਮ ਨੂੰ ਖਤਰਾ ਹੈ, ਉਹਨਾਂ ਵਾਲੇ ਧਰਮ ਨੂੰ ਖਤਰਾ ਹੁੰਦਾ, ਉਹਨਾਂ ਵਾਲੇ ਧਰਮ ਤੋਂ ਲੋਕ ਬਾਗੀ ਹੁੰਦੇ ਨੇ। ਫਿਰ ਉਹ ਵੀ ਚਾਹੁੰਦੇ ਹੁੰਦੇ ਨੇ ਵੀ ਇਹਨਾਂ ਤੋਂ ਖਹਿੜਾ ਛਡਾਉਣ ਵਾਸਤੇ ਕੋਈ ਪੈਦਾ ਹੋਵੇ ਚੀਜ਼, ਫਿਰ ਸੱਚ ਨੂੰ ਆਉਣਾ ਹੀ ਪੈਂਦਾ ਬਾਹਰ ਧੜੇ ਦੋ, ਬਲਕਿ ਰਾਕਸ਼ਸਾਂ ਦਾ ਧੜਾ ਹਾਵੀ ਹੋ ਜਾਂਦਾ ਜਦ ਚੰਡੀ ਪ੍ਰਗਟ ਹੁੰਦੀ, ਜਾਂ ਇਹਨਾਂ ਨੂੰ ਭਜਾ ਲੈਂਦੇ ਨੇ ਮੂਹਰੇ ਮੂਹਰੇ, ਇਹ ਦੇਵਤਿਆਂ ਨੂੰ ਮੂਹਰੇ ਮੂਹਰੇ ਭਜਾ ਲੈਂਦੇ ਨੇ, ਜਿਵੇਂ ਕਮਿਊਨਿਸਟ ਭਜਾਈ ਫਿਰਦੇ ਨੇ, ਭਜਾਈ ਫਿਰਦੇ ਨੇ ਨਸਲਵਾੜੀਆਂ ਨੇ ਜਿਹੜੇ, ਜਦ ਇਹ ਭਜਾ ਲੈਂਦੇ ਨੇ ਧਾਰਮਿਕ ਆਦਮੀਆਂ ਨੂੰ, ਫਿਰ ਇਹ ਡਰਦੇ, ਉਹਨਾਂ ਤੋਂ ਡਰਦੇ ਇਹ ਧਰਮ ਨੂੰ, ਫਿਰ ਆਰਾਧਨਾ ਕਰਦੇ ਨੇ। ਧਰਮ ਦਾ ਇਹਨਾਂ ਨੂੰ ਪਤਾ ਨਹੀਂ ਹੁੰਦਾ, ਫਿਰ ਪਰਮੇਸ਼ਰ ਨੂੰ ਆਰਾਧਨਾ ਕਰਦੇ ਨੇ, ਤੂੰ ਇਹਨਾਂ ਤੋਂ ਬਚਾ। ਫਿਰ ਗੁਰਮਤ ਪ੍ਰਗਟ ਹੁੰਦੀ ਹੈ ਵੀ ਜੇ ਇਹਨਾਂ ਤੋਂ ਤਾਂ ਬਚਾਓਗੇ ਇੱਧਰ ਆਓ। ਇਹ ਧਰਮ ਨਾਲ ਚਰਚਾ, ਇਹ ਤਾਂ ਚਰਚਾ ਕਰਦੇ ਨਹੀਂ, ਡਰਦੇ ਨੇ, ਉਹਨਾਂ ਦੇ ਝੂਠੇ ਨੇ। ਤਾਂ ਗੁਰਮਤ ਦੀ ਚਰਚਾ ਸ਼ੁਰੂ ਹੁੰਦੀ ਹੈ, ਗੁਰਮਤ ਜਿੱਤ ਜਾਂਦੀ ਹੈ, ਇਹ ਵੀ ਹਾਰ ਜਾਂਦੇ ਨੇ, ਉਹ ਵੀ ਹਾਰ ਜਾਂਦੇ ਨੇ। ਰਾਕਸ਼ਸ ਇਹਨਾਂ ਨਾਲ ਪਹਿਲਾਂ ਉਹ ਧਰਮ ਨੂੰ ਮੰਨ ਲੈਂਦੇ ਨੇ, ਸੱਚ ਨੂੰ ਰਾਕਸ਼ਸ ਪਹਿਲਾਂ ਮੰਨਦੇ ਨੇ, ਜਿਹੜਾ ਮੰਨਦਾ ਉਸ ਨੂੰ ਮਰ ਗਿਆ ਕਿਹਾ ਹੋਇਆ ਲੜਾਈ 'ਚ, ਮਰਦਾ ਕੋਈ ਨਹੀਂ ਹੈਗਾ। ਰਾਕਸ਼ਸ ਪਹਿਲਾਂ ਮੰਨਦੇ ਨੇ ਵੀ ਇਹ ਧਰਮ ਨੂੰ ਤਾਂ ਅਸੀਂ ਮੰਨਦੇ ਹਾਂ, ਇਹਦਾ ਧਰਮ ਠੀਕ ਹੈ, ਇਹਨਾਂ ਵਾਲੇ ਨੂੰ ਨਹੀਂ ਮੰਨਦੇ। ਗੁਰਬਾਣੀ ਕਹਿੰਦੀ ਇਹਨਾਂ ਵਾਲਾ ਤਾਂ ਅਸੀਂ ਵੀ ਨਹੀਂ ਮੰਨਦੇ। ਹੁਣ ਉਹਨਾਂ ਨੂੰ ਤਾਂ ਇੱਕ ਸਪੋਰਟ ਐਸੀ ਮਿਲ ਜਾਂਦੀ ਹੈ, ਪਹਿਲਾਂ ਉਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਧਰਮ ਕੇ ਨਹੀਂ ਹੈਗੇ, ਗੁਰਬਾਣੀ ਕਮਲੇ ਹੋ, ਅਸਲੀ ਤਾਂ ਧਾਰਮਿਕ ਤੁਸੀਂ ਹੋ ਜਿਹੜੇ ਇਹਨਾਂ ਦੇ ਖਿਲਾਫ ਲੜਦੇ ਹੋ, ਪਖੰਡਵਾਦ ਦੇ, ਪਖੰਡਵਾਦ ਦੇ ਖਿਲਾਫ ਗੁਰਬਾਣੀ ਲੜਦੀ ਹੈ। ਅਸਲ 'ਚ ਰਾਕਸ਼ਸ ਜਿਹੜੇ ਨੇ ਗੁਰਮਤ ਦੀ ਫੌਜ ਹੈ, ਉਹ ਗੁਰਮਤ ਨਾਲ ਛੇਤੀ ਖੜ ਜਾਂਦੇ ਨੇ, ਉਹਨਾਂ ਤੋਂ ਡਰਦੇ ਦੇਵਤੇ ਮੰਨਦੇ ਨੇ ਗੁਰਮਤ ਨੂੰ, ਵਰਨਾ ਗੁਰਮਤ ਨੂੰ ਨਹੀਂ ਦੇਵਤੇ ਮੰਨਦੇ। ਇਹ ਕੌਣ ਸੀ ਅਨੰਦਪੁਰ ਸਾਹਿਬ, ਕੌਣ ਸੀ? ਦੇਵਤੇ ਹੀ ਸੀ, ਦੇਵਤੇ ਨੂੰ ਮੰਨਣ ਵਾਲੇ ਸੀ, ਇੱਕ ਪਾਸੇ ਬਾਈਧਾਰੀਏ ਵੀ, ਉਹ ਦੂਏ ਵੀ ਦੇਵਤੇ ਹੀ ਨੇ, ਦੋ ਧਰਮ ਨੂੰ ਮੰਨਣ ਵਾਲੇ ਨੇ। ਇਸਲਾਮ ਧਰਮ ਇੱਕ ਹਿੰਦੂ ਧਰਮ ਹੈ, ਦੋਏ ਦੇਵਤੇ ਖੜੇ ਨੇ ਖਿਲਾਫ ਹੋਏ, ਰਾਕਸ਼ ਲਾਉਣਾ ਕੋਈ ਵੀ ਨਹੀਂ ਹੈ, ਇੱਕ ਦੂਏ ਨੂੰ ਰਾਕਸ਼ ਕਹੀ ਜਾਣੇ, ਮੁਸਲਮਾਨ ਹਿੰਦੂ ਨੂੰ ਰਾਕਸ਼ ਕਹੀ ਜਾਂਦੇ ਨੇ, ਉਹਨਾਂ ਨੂੰ ਕਹੀ ਜਾਂਦੇ ਨੇ, ਦੋ ਹੀ ਨੇ, ਇੱਕੋ ਜਿਹੇ ਨੇ। ਗੁਰਬਾਣੀ ਵੀ ਦੋਹਾਂ ਨੂੰ ਕਹਿੰਦੀ, ਹਿੰਦੂ ਨਾ ਤੁਰਕੂ ਕਣ, ਕਮੀ ਦੋਹਾਂ 'ਚ ਹੈ। ਇਹ ਤਾਂ ਦੂਇਆਂ ਤੋਂ ਡਰਦੇ ਨਾ, ਜਿਹੜੇ ਇਹਨਾਂ ਤੋਂ ਬਾਗੀ ਹੋ ਜਾਂਦੇ ਨੇ, ਜਿਹਨਾਂ ਤੋਂ ਖਿਲਾਫ਼ ਇਹ ਧਰਮ ਬੋਲਦੇ ਨੇ, ਉਹਨਾਂ ਦੀ ਫੌਜ ਇੰਨੀ ਵੱਧ ਜਾਂਦੀ ਹੈ, ਉਹਨਾਂ ਦੇ ਸਵਾਲ, ਉਹਨਾਂ 'ਚ ਸਿਆਣੇ ਬੰਦੇ ਪੜ੍ਹੇ ਲਿਖੇ ਹੋ ਜਾਂਦੇ, ਇਹਨਾਂ ਦੀਆਂ ਕਮਜ਼ੋਰੀਆਂ ਅੱਜ ਮੈਂ ਹੁਣ ਜ਼ਾਹਰ ਕਰੀ ਜਾਂਦੇ ਨੇ। ਟੀ ਵੀ ਵਾਲਿਆਂ ਨੂੰ ਧਾਰਮਿਕ ਨਹੀਂ ਮੰਨਦੇ, ਇਹ ਟੀ ਵੀ ਵਾਲੇ ਇਹਨਾਂ ਦੇ ਪਿੱਛੇ ਪੈ ਗਏ, ਹੁਣ ਇਹ ਡਰਦੇ ਨੇ ਉਹਨਾਂ 'ਤੇ। ਇਹ ਤਾਂ ਆਪੇ ਸਿਕੰਜੇ 'ਚ ਆਉਂਦੇ ਨੇ, ਕੁਦਰਤ ਵਾਲਾ ਉੱਤੋਂ ਹੀ ਫੇਰਦਾ ਕੁਛ, ਇਹਨਾਂ ਦੀ ਲੜਾਈ 'ਚੋਂ ਸੱਚ ਪ੍ਰਗਟ ਹੁੰਦਾ, ਸੱਚ ਦੀ ਲੋੜ ਹੁੰਦੀ ਹੈ, ਫਿਰ ਇਹ ਹੁੰਦੀ ਹੈ ਵੀ ਅਸਲ ਧਰਮ ਹੈ ਕੀ। ਇਹ ਸਵਾਲ ਆਇਆ ਹੈ ਦੁਨੀਆਂ ਦੇ ਵਿੱਚ ਵੀ ਫਿਰ ਅਸਲ ਧਰਮ ਕੀ ਹੈ, ਜੇ ਸਾਰਿਆਂ ਕੋਲ ਪਖੰਡ ਹੈ। ਕਹਿੰਦਾ ਕਹੋ ਪਰਮੇਸ਼ਰ ਹੈ ਨਹੀਂ ਮੰਨੋ, ਸਾਰੀ ਦੁਨੀਆਂ ਜਿਹੜੀ ਉਹਦੀ ਡੈਫੀਨੇਸ਼ਨ ਦਿੰਦੇ ਹੋ ਤੁਸੀਂ, ਇਹ ਫਿਰ ਦਿਖਾਓ ਕੀ ਹੈ, ਇਹ ਤਾਂ ਦਿਖਾਓ ਔਰ ਦੱਸੋ ਕੀ ਹੈ, ਸਾਬਤ ਕਰੋ, ਅਤੇ ਨਹੀਂ ਚੁੱਪ ਕਰਕੇ ਬਹਿ ਜਾਓ ਸਾਰੇ। ਸਾਬਤ ਕੌਣ ਕਰੇ? ਜੇ ਤੂੰ ਕਹਿਣਾ ਹੈਗਾ ਤਾਂ ਦਿਖਾ ਕੇ ਸਮਝਾ ਸਾਨੂੰ, ਕਿਵੇਂ ਸਮਝਾਉਣ ਜੋਗਾ ਕੋਈ ਹੈ ਨਹੀਂ, ਜਿਹੜਾ ਸਮਝਾਉਣ ਜੋਗਾ ਨਹੀਂ ਪਖੰਡੀ ਹੋ ਗਿਆ ਨਾ।
ਇੱਦਾਂ ਆਪ ਹੀ ਪਖੰਡ ਹੋ ਜਾਣਾ ਇਹਨਾਂ ਦਾ ਯਾਰ। ਉੱਥੇ ਤਾਂ ਇਹ ਹੈ ਵੀ ਆਹ ਤਸਵੀਰ ਝਾ ਖਰਾਬੀ ਹੈ, ਆਹ ਪਈ ਆ ਬਈ, ਪੈਂਸਲ ਕਰਦੇ ਠੀਕ, ਠੀਕ ਕਰਨ ਨੂੰ ਤਾਂ ਉਹ ਕਲਮ ਚੱਕੂ ਜਿਹੜਾ ਠੀਕ ਜਾਣਦਾ ਉਹ ਕੀ ਹੈ, ਫਿਰ ਨਹੀਂ ਪੈਂਸਲ ਚੱਕਣੀ ਕਿਸੇ ਨੇ, ਪੈਂਸਲ ਨਹੀਂ ਚੱਕਣੀ ਕਿਸੇ ਨੇ। ਗੱਲ ਸੱਚ ਦੱਸੋ ਕੀ ਹੈ, ਝੂਠ ਦੱਸਣਾ ਕੋਈ ਔਖਾ ਨਹੀਂ ਹੈ, ਝੂਠ ਤਾਂ ਸਾਰੇ ਜਾਣਦੇ ਨੇ। ਸ਼ੰਕਾ ਸਾਰੀ ਕਾਲਾ ਵਗਾਲਾ ਕੀ ਕਰਦਾ, ਸ਼ੰਕਾ ਕਰਦਾ ਕਿਤੇ ਐਂ ਨਾ ਹੋਵੇ, ਕਿਤੇ ਐਂ ਨਾ ਹੋਵੇ, ਪਰ ਤੂੰ ਕੀ ਦੱਸਦਾ ਕਿਤੇ, ਤੈਨੂੰ ਤਾਂ ਸ਼ੰਕਾ ਹੈ, ਜੋ ਸ਼ੰਕਾ ਨਿਵਾਰਨ ਕਰਨੀ ਹੈ, ਸ਼ੰਕਾ ਖੜੀ ਕਰ ਲਓ, ਤਾਂ ਸ਼ੰਕਾ ਕੋਈ ਵੀ ਖੜੀ, ਜਿੰਨੀਆਂ ਮਰਜ਼ੀ ਖੜੀਆਂ ਕਰ ਲਓ, ਸਵਾਲ ਖੜੇ ਕਰਨੇ ਕੋਈ ਔਖੇ ਨਹੀਂ, ਸਵਾਲਾਂ ਦੇ ਜਵਾਬ ਨਾਲ ਦਿਓ, ਜਿੰਨੇ ਸਵਾਲ ਖੜੇ ਕਰਦੇ ਅੰਦਰ ਉਹਨਾਂ ਦੇ ਜਵਾਬ ਲੱਭ ਕੇ ਨਾਲ ਰੱਖੋ ਵੀ ਇਹ ਸਵਾਲ ਦਾ ਜਵਾਬ ਆ ਹੈ। ਗੁਰਬਾਣੀ ਸਵਾਲ ਕ੍ਰੀਏਟ ਕਰਦੀ ਹੈ, ਜਵਾਬ ਜਦੇ ਦਿੰਦੀ ਹੈ, ਵਿਵੇਕ ਬੁੱਧੀ ਕਾਹਦੀ ਹੋਈ, ਜਿਹੜਾ ਸਵਾਲ ਖੜਾ ਕਰਦੀ ਹੈ ਨਾਲੇ ਜਵਾਬ ਦੇ ਦਿੰਦੀ ਹੈ, ਸਵਾਲ ਗਾਹ ਰਹਿੰਦਾ ਹੀ ਨਹੀਂ, ਸਵਾਲ ਖੜੇ ਨੇ ਜਵਾਬ ਕੋਈ ਨਹੀਂ। ਇਹਨ ਮਾਇਆ ਤ੍ਰੈ ਗੁਣ ਬਸ ਕੀਨੇ, ਇਹ ਮਾਇਆ ਨੇ ਤਿੰਨ ਗੁਣ ਬਸ ਕੀਤੇ ਨੇ, ਰਜੋ ਸੰ ਤਮੋ ਸਤੋ, ਸਤੋ ਗੁਣ ਵਾਲੇ ਵੀ ਮਾਇਆ ਦੇ ਚੱਕਰ 'ਚ ਪਏ ਹੋਏ ਨੇ, ਸੰਤ ਜਿੰਨੇ ਨੇ, ਜਿੰਨੇ ਧਰਮ ਨੇ ਸਾਰੇ ਮਾਇਆ ਦੇ ਅਧੀਨ ਨੇ, ਇਹ ਮਾਇਆ ਦੇ ਗੁਲਾਮ ਨੇ। ਉੱਥੇ ਹੈ ਨਾ ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਤਿੰਨੇ ਕਾਲਵਸ ਨੇ। ਇੰਦਰਪੁਰੀ ਦਾ ਵਿਸ਼ਨੂੰ, ਵਿਸ਼ਨੂੰ ਦਾ ਅਵਤਾਰ ਹੈ, ਬ੍ਰਹਮਪੁਰੀ ਵਾਲੇ ਪੰਡਿਤ ਨੇ, ਗਿਆਨਵਾਨ ਨੇ ਆਪਣੇ ਆਪ ਨੂੰ ਸਮਝਦੇ, ਸ਼ਿਵਪੁਰੀ ਸਮਾਧੀ ਲਾਉਣ ਵਾਲੇ ਨੇ, ਕਰਾਮਾਤਾ ਵਾਲੇ, ਤਿੰਨੇ ਹੀ ਕਾਲਵਸ ਨੇ। ਤ੍ਰੈ ਗੁਣ ਮਾਇਆ ਬਿਨਸ ਵਿਸਾਲਾ, ਜਿਹੜਾ ਮਾਇਆ ਦੇ ਨਾਲ ਜੁੜਿਆ ਹੈ ਤਿੰਨਾਂ ਗੁਣਾਂ ਵਿੱਚ, ਤਿੰਨਾਂ ਗੁਣਾਂ 'ਚ ਮਾਇਆ ਪ੍ਰਧਾਨ। ਮਾਇਆ ਛੁੱਟਦੀ ਹੈ ਜਦ ਚੌਥੇ ਗੁਣ ਜਾ ਕੇ ਛੁੱਟਦੀ ਹੈ, ਤੁਰੀਆ ਦੇ ਵਿੱਚ ਜਾ ਕੇ, ਤੁਰੀਆ ਦਾ ਗਿਆਨ ਕਿਸੇ ਨੂੰ ਨਹੀਂ, ਜਿੱਥੇ ਜਾ ਕੇ ਮਾਇਆ ਨੇ ਛੁੱਟਣਾ, ਲੋੜ ਉਸ ਪੁਆਇੰਟ ਦੀ ਹੈ, ਉਹ ਕਿੱਥੇ ਛੁੱਟਣਾ। ਸਹਿਜ ਸੁਣਨ ਕਾ ਘਾਟ ਹੈ ਕਬੀਰ ਕਹਿੰਦਾ, ਇੱਕ ਪਾਸੇ ਮਾਇਆ ਸੁਣਨ, ਇੱਕ ਪਾਸੇ ਸਹਿਜ, ਇੱਕ ਪਾਸੇ ਜਾਗਦੇ ਨੇ, ਇੱਕ ਪਾਸੇ ਸੁਪਨਾ ਦੇਖਣ ਵਾਲੇ ਨੇ, ਉਹ ਬਾਰਡਰ ਹੈ। ਇੱਕ ਪਾਸੇ ਲੋਕ ਹੈ, ਆਹ ਤਿੰਨੇ ਲੋਕ ਨੇ, ਇੱਕ ਪਾਸੇ ਪਰਲੋਕ ਹੈ, ਪਰਲੋਕ ਆ ਲੋਕ ਦੀ ਬਾਰਡਰ ਕੀ ਹੈ, ਜਿਹੜਾ ਬਾਰਡਰ 'ਤੇ ਚਲਿਆ ਗਿਆ ਉਹਨੂੰ ਕਹਿੰਦੇ ਨੇ ਅੰਤ, ਨਾ ਅੰਤ ਪਾ ਲਿਆ ਉਹਨੇ, ਅੰਤ ਮਾਇਆ ਦਾ ਹੀ ਪਾਉਣਾ। ਸੱਚ ਦਾ ਅੰਤ ਨਹੀਂ ਪਾਇਆ ਜਾ ਸਕਦਾ, ਝੂਠ ਦਾ ਅੰਤ ਪਾਇਆ ਜਾ ਸਕਦਾ, ਅੰਤ ਹੁੰਦਾ ਹੀ ਝੂਠ ਹੈ। ਸੱਚ ਦਾ ਅੰਤ ਪਾਇਆ ਨਹੀਂ ਜਾ ਸਕਦਾ, ਤਾਂ ਕਾ ਅੰਤ ਨਾ ਜਾ ਹੀ ਪਾਇਆ, ਸੱਚ ਦਾ ਅੰਤ ਤਾਂ ਹੁੰਦਾ ਹੀ ਨਹੀਂ ਕਦੇ, ਉਹਦੇ ਅੰਤ ਪਾਵਣ ਜੇ ਗਏ ਨੇ, ਸੱਚ ਦਾ ਆਏ ਸੋ ਅੰਤ ਗਵਾਏ, ਸੱਚ ਦਾ ਅੰਤ ਪਾਉਣ ਲੱਗੇ ਨੇ ਰਿਸ਼ੀ ਮੁਨੀ, ਗ੍ਰੰਥ ਬਥੇਰੇ ਸੱਚ ਦਾ ਹੀ ਅੰਤ ਪਾਉਂਦੇ ਨੇ, ਜੋਤ ਜਿਲੇ ਕੇ ਹੋਰ ਕੀ ਪਾਉਂਦੇ ਨੇ, ਜੋਤ ਜਿਲੇ ਕੇ ਸੱਚ ਦਾ ਅੰਤ ਪਾ ਰਹੇ ਨੇ। ਪਹਿਲਾਂ ਬੁੱਝ ਲੈਣੀ ਗੱਲ ਦੱਸਣੀ, ਐਂ ਹੋ ਜੂ, ਐਂ ਹੋ ਜੂ, ਸੱਚ ਦਾ ਅੰਤ ਹੈ ਉਹ ਪਾਉਣਾ। ਜਿਹੜੇ ਇਹ ਗਏ ਨੇ ਆਏ ਸੋ ਅੰਤ ਗਵਾਏ, ਸਾਰਾ ਗਵਾਇਆ,